ਐਡ ਆਨ ਕੀ ਕਰ ਸਕਦੇ ਹਾਂ ਕਿ ਜਿਵੇਂ ਐਗਜ਼ਾਮਪਲਸ ਆਪਾਂ ਲੈ ਰਹੇ ਹਾਂ, ਜੇ ਆਪਾਂ ਸ਼ਹਿਰ ਦੀ ਐਗਜ਼ਾਮਪਲ ਲੈ ਲਈ, ਇੱਕ ਮਾਰਕਾ ਬਣਾ ਲਿਆ, ਬ੍ਰਾਂਡ ਬਣਾ ਲਿਆ, ਫਿਰ ਉਹਦੀ ਮਾਰਕੀਟਿੰਗ ਕੀਤੀ ਗਈ, ਉਸਨੂੰ ਵੇਚਿਆ ਗਿਆ, ਹੋਰ ਇਹਦੇ ਵਿੱਚ ਹੋਰ ਹੋ ਕੀ ਸਕਦਾ? ਰਾਣਾ ਜੀ, ਸ਼ੁਰੂਆਤੀ ਦੌਰ ਦੇ ਵਿੱਚ ਜਿੱਦਾਂ ਦੱਸਿਆ ਕਿ ਬਹੁਤ ਜ਼ਿਮੀਦਾਰ ਆ ਪੰਜਾਬ ਦੇ, ਹਰੇਕ ਪਿੰਡ ਦੇ ਵਿੱਚ ਜ਼ਿਮੀਦਾਰ ਬੈਠਾ ਜਿਨ੍ਹਾਂ ਨੇ ਆਪਣੀਆਂ ਪ੍ਰੋਡਕਟਸ ਡਿਵੈਲਪ ਕਰਦੀਆਂ। ਹੁਣ ਖੜੋਤ ਆ ਗਈ ਕਿ ਖਪਤਕਾਰ ਦੀ ਜ਼ਰੂਰਤ ਨੂੰ ਨਹੀਂ ਸਮਝ ਪਾਉਂਦੇ, ਬ੍ਰਾਂਡਿੰਗ ਦੇ ਵਿੱਚ ਥੋੜ੍ਹਾ ਜਿਹਾ ਨਿਪੁੰਨ ਨਹੀਂ ਹੈ, ਲੇਬਲਿੰਗ ਇੰਨੀ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ, ਮਿਡਲਮੈਨ ਨੂੰ ਲਿਮੀਨੇਟ ਨਹੀਂ ਕਰ ਪਾਉਂਦੇ। ਸੋ ਜਿਹੜੀ ਗੱਲ, ਜਿਹੜੇ ਵਿਸ਼ੇ ਤੇ ਗੱਲ ਹੋ ਰਹੀ ਹੈ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ FPOs ਹੈ ਨਾ ਜਿਹੜੀਆਂ, ਇਹ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਜੋੜੂਗੀ, ਕਿਉਂਕਿ ਜਦੋਂ ਇਕੱਠੇ ਹੋ ਕੇ ਕਲੈਕਟਿਵ ਬਾਰਗੇਨਿੰਗ ਕਰ ਰਹੇ ਆ ਨਾ, ਇਕੱਠੇ ਹੋ ਕੇ ਜਦੋਂ ਆਪਣੀ ਚੀਜ਼ ਨੂੰ ਵੇਚ ਰਹੇ ਆ ਤੇ ਪੈਦਾ ਕਰ ਰਹੇ ਆ, ਪਹਿਲਾਂ ਪੈਦਾ ਕਰ ਰਹੇ ਆ ਫਿਰ ਵੇਚ ਰਹੇ ਆ, ਉਹਨਾਂ ਦੀ ਕਲੈਕਟਿਵ ਬਾਰਗੇਨਿੰਗ ਵਾਲੀ ਜਿਹੜੀ ਪਾਵਰ ਆ ਉਹ ਵਧੂਗੀ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਥਿਨ ਸਾਹਿਬ ਨੇ ਖਾਸ ਕਰਕੇ ਇਸ ਗੱਲ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਇਕੱਠੇ ਨਹੀਂ ਹੁੰਦੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹ ਇੱਕ ਨਵਾਂ ਅੱਖਰ ਨੂੰ ਜਨਮ ਦੇ ਰਹੀ ਹੈ, ਜਿਹੜੀ FPO ਇੱਕ ਨਵੇਂ ਅੱਖਰ ਨੂੰ ਜਨਮ ਦੇ ਰਹੀ ਹੈ। ਉਹ ਕੰਪੀਟ ਵੀ ਕਰਨਗੇ ਆਪਸ ਦੇ ਵਿੱਚ ਤੇ ਕੋਆਪਰੇਟ ਵੀ ਕਰਨਗੇ, ਕੋਆਂਪੀਟੀਸ਼ਨ ਇੱਕ ਨਵਾਂ ਅੱਖਰ ਆ ਰਿਹਾ। ਅਸੀਂ ਉਹਨਾਂ ਨੂੰ ਪੜ੍ਹਾਈ ਦੇ ਜ਼ਰੀਏ ਇਹ ਗੱਲ ਸਿਖਾਉਂਦੇ ਹਾਂ ਕਿ ਆਪਸ ਦੇ ਵਿੱਚ ਕੋਆਪਰੇਟ ਵੀ ਕਰੋ ਤੇ ਆਪਸ 'ਚ ਕੰਪੀਟ ਕਰੋ, ਜੇ ਏ ਨੇ ਵਧੀਆ ਕੰਮ ਕੀਤਾ ਤਾਂ ਬੀ ਨੇ ਵੀ ਵਧੀਆ ਕੰਮ ਕਰਨਾ, ਤਾਂ ਜੋ ਸਾਨੂੰ ਮਿਲਦੇ ਨੇ ਕਈ ਕਿਸਾਨ ਆਪਣੇ ਲੈਵਲ ਤੇ ਇਕੱਲੇ ਦੁਕੱਲੇ ਕਰ ਰਹੇ ਨੇ। ਜੇ ਮੈਨੂੰ ਲੱਗਦਾ ਗਰੁੱਪ ਬਣਾ ਕੇ ਕਰਨ ਤਾਂ ਇੱਕ ਤਾਂ ਜਿਹੜੀਆਂ ਜ਼ਮੀਨਾਂ ਘੱਟ ਰਹੀਆਂ ਨੇ, ਅੱਜ ਕੱਲ੍ਹ ਕਿਸੇ ਕੋਲ 2 ਏਕੜ ਹੈ, ਕਿਸੇ ਕੋਲ 4 ਏਕੜ ਹੈ, ਫਿਰ ਉਹ ਜ਼ਿਆਦਾ ਖੇਤੀ ਵੀ ਹੋ ਸਕਦੀ। ਰਾਣਾ ਜੀ ਇਹਦੇ ਵਿੱਚ ਬੜੀ ਕਲੀਅਰ, ਰਾਣਾ ਜੀ ਇਹ 'ਚ ਬੜੀ ਕਲੀਅਰ ਗੱਲ ਹੈ ਕਿ ਸੈਲਫ ਹੈਲਪ ਗਰੁੱਪ ਬਹੁਤ ਚੰਗਾ ਕੰਮ ਕਰ ਰਹੇ ਆ। ਸਾਡੇ ਕੋਲ ਇੱਕ ILX ਸੈਲਫ ਹੈਲਪ ਗਰੁੱਪ ਆਪਣੇ ਬਿਲਕੁਲ ਲਾਗਲੇ ਪਿੰਡ ਦੈਤਵਾਲ ਦੇ ਵਿੱਚ 42 ਪ੍ਰੋਡਕਟਸ ਇੱਕ ਗਰੁੱਪ ਇਕੱਠੀਆਂ, 42 ਪ੍ਰੋਡਕਟਸ KKNS ਗਰੁੱਪ ਆ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਫਤਿਹਗੜ੍ਹ ਸਾਹਿਬ, 62 ਪ੍ਰੋਡਕਟਸ ਉਹਦੇ ਕੋਲ। ਪ੍ਰੋਡਕਟਸ ਦੀ ਕੋਈ ਕਮੀ ਨਹੀਂ ਆ, ਪ੍ਰੋਡਕਟਸ ਘੜਨਾ ਜਾਣਦੇ ਆ, ਵੇਚਣਾ ਜਾਣਦੇ ਆ, ਸਿਰਫ ਜਿਹੜੀ ਇੱਕ ਕੋਆਪਰੇਸ਼ਨ ਤੇ ਕੰਪੀਟ ਕਰਨ ਦੀ ਭਾਵਨਾ ਨਾ, ਕਿ ਹਰੇਕ ਮੈਂਬਰ ਇਹ ਸੋਚੇ ਕਿ ਮੈਂ ਦੂਸਰੇ ਮੈਂਬਰ ਨਾਲੋਂ ਵਧੀਆ ਕੰਮ ਕਰਨਾ, ਉਹਦੇ ਵਿੱਚ ਪੜ੍ਹਾਈ ਪੜ੍ਹਾਈ ਹੈ ਨਾ, ਪ੍ਰੋਡਕਟ ਤਾਂ ਬਣਾ ਲਿਆ, ਫਿਰ ਉਹਦੀ ਤੇ ਜਦੋਂ ਮਾਰਕੀਟਿੰਗ ਦੀ, ਕਿਉਂਕਿ